ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਹੈਲਥ ਸੈਗਮੈਂਟ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ ਹੈ। ਤੁਹਾਡਾ ਮੇਰਾ ਸਾਥ ਹੋਇਆ ਕਰਦਾ ਹੈ ਮੰਡੇ ਟੂ ਥਰਸਡੇ ਸਵੇਰੇ 6 ਤੋਂ ਲੈ ਕੇ 7 ਵਜੇ ਤੱਕ ਅਤੇ ਰਾਤ 10 ਤੋਂ ਲੈ ਕੇ 11 ਵਜੇ ਤੱਕ, ਸੈਟਰਡੇ ਨੂੰ ਦੁਪਹਿਰ 2 ਤੋਂ ਲੈ ਕੇ 3 ਵਜੇ ਤੱਕ ਅਤੇ ਰਾਤ 8 ਤੋਂ ਲੈ ਕੇ 9 ਵਜੇ ਤੱਕ। ਇਸ ਪ੍ਰੋਗਰਾਮ ਵਿੱਚ ਹਮੇਸ਼ਾ ਹੀ ਸਾਡਾ ਇਹ ਯਤਨ ਰਹਿੰਦਾ ਹੈ ਕਿ ਉਹਨਾਂ ਸ਼ਖਸੀਅਤਾਂ ਨਾਲ ਤੁਹਾਡੀ ਮੁਲਾਕਾਤ ਕਰਵਾਈ ਜਾ ਸਕੇ ਜਿਨ੍ਹਾਂ ਤੋਂ ਅਸੀਂ ਕੁਝ ਉਹਨਾਂ ਦੇ ਜੀਵਨ ਦੇ ਐਕਸਪੀਰੀਅੰਸਿਸ ਤੋਂ, ਉਹਨਾਂ ਦੀ ਨੌਲੇਜ ਤੋਂ ਕੁਝ ਸਿੱਖ ਸਕਦੇ ਹਾਂ। ਅੱਜ ਸਾਡੇ ਕੋਲ ਐਸੀ ਹੀ ਇੱਕ ਸ਼ਖਸੀਅਤ ਆਏ ਨੇ, ਡਾਕਟਰ ਅਰੀਦਮਨ ਸਿੰਘ ਮਾਹਲ, ਜਿਹੜੇ ਕਿ ਆਯੁਰਵੇਦਾ ਦੇ ਐਕਸਪਰਟ ਨੇ, ਹੋਲਿਸਟਿਕ ਹੈਲਥ ਦੇ ਉੱਤੇ ਦੁਨੀਆ ਭਰ ਦੇ ਵਿੱਚ ਜਾ ਕੇ ਲੈਕਚਰਸ ਦਿੰਦੇ ਨੇ। ਪਿਛਲੇ 2 ਹਫ਼ਤਿਆਂ ਤੋਂ ਇੱਕ ਸੀਰੀਜ਼ ਜੋ ਅਸੀਂ ਇਹਨਾਂ ਨਾਲ ਸ਼ੁਰੂ ਕੀਤੀ ਹੈ ਕਿ ਘਰ ਦੇ ਵਿੱਚ ਕਿਵੇਂ ਅਸੀਂ ਪਰਿਵਰਤਨ ਲੈ ਕੇ ਆਈਏ ਆਪਣੇ ਖਾਣ ਪੀਣ ਵਿੱਚ, ਜਿਸ ਨਾਲ ਕਿ ਅਸੀਂ ਆਪਣੀ ਸਿਹਤ ਨੂੰ ਆਪ ਸੰਭਾਲ ਸਕੀਏ ਅਤੇ ਆਪ ਉਸਨੂੰ ਕੰਟਰੋਲ ਕਰ ਸਕੀਏ। ਇਸ ਸਫ਼ਰ ਵਿੱਚ ਪਿਛਲੇ ਹਫ਼ਤੇ ਅਸੀਂ ਇਹਨਾਂ ਕੋਲ ਗੱਲਬਾਤ ਕਰ ਰਹੇ ਸੀ ਕਿ ਸਵੇਰੇ ਜਦੋਂ ਉੱਠਦੇ ਹਾਂ ਤਾਂ ਸਭ ਤੋਂ ਪਹਿਲੀ ਚੀਜ਼ ਕੀ ਸਾਨੂੰ ਕਰਨ ਦੀ ਲੋੜ ਹੈ, ਬ੍ਰੇਕਫਾਸਟ, ਲੰਚ, ਡਿਨਰ ਜੋ ਅਸੀਂ ਖਾਂਦੇ ਹਾਂ, ਅਤੇ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਤਾਸੀਰ ਕੀ ਹੁੰਦੀ ਹੈ, 36 ਪਦਾਰਥ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਜਿਸ ਦਾ ਜ਼ਿਕਰ ਆਉਂਦਾ ਹੈ, ਇਹ ਸਾਰੀਆਂ ਚੀਜ਼ਾਂ ਦੇ ਉੱਤੇ ਆਓ ਹੋਰ ਧਿਆਨ ਪਾ ਕੇ ਗੱਲ ਕਰਦੇ ਹਾਂ ਡਾਕਟਰ ਅਰੀਦਮਨ ਸਿੰਘ ਮਾਹਲ ਨਾਲ। ਡਾਕਟਰ ਸਾਹਿਬ ਜੀ, ਐਮ ਜੀ, ਸਤਿ ਸ਼੍ਰੀ ਅਕਾਲ, ਵੈਲਕਮ, ਮਿਹਰਬਾਨੀ। ਸੋ ਲਾਸਟ ਵੀਕ ਜਦੋਂ ਅਸੀਂ ਪ੍ਰੋਗਰਾਮ ਦੀ ਸਮਾਪਤੀ ਕੀਤੀ ਸੀ, ਸੋ ਦਰਸ਼ਕਾਂ ਨੂੰ ਇਸ ਕੜੀ ਨਾਲ ਜੋੜਨ ਲਈ ਬਰੀਫਲੀ ਥੋੜ੍ਹਾ ਜਿਹਾ ਟੱਚ ਕਰ ਲਈਏ ਤਾਸੀਰ ਨੂੰ ਅਤੇ 36 ਪਦਾਰਥ ਅਤੇ ਸੁਗੰਧ ਦਾ ਤੁਸੀਂ ਜ਼ਿਕਰ ਕਰ ਰਹੇ ਸੀ। 36 ਪਦਾਰਥਾਂ ਦਾ ਜ਼ਿਕਰ ਕੀਤਾ ਸੀ ਅਤੇ ਮੈਂ ਗਿਣਤੀ ਕਰਵਾ ਦਿੱਤੀ ਸੀ ਕਿ 36 ਪਦਾਰਥ ਭੋਜਨ ਦੇ ਵਿੱਚ ਕਿਹੜੇ ਹੋਣੇ ਚਾਹੀਦੇ ਆ, ਕਿਉਂਕਿ ਭੋਜਨ ਦੇ ਵਿੱਚ ਹਰ ਰੰਗ ਹੋਣਾ ਚਾਹੀਦਾ, ਹਰ ਰਸ ਹੋਣਾ ਚਾਹੀਦਾ, ਹਰ ਖੁਸ਼ਬੂ ਹੋਣੀ ਚਾਹੀਦੀ ਆ, ਹਰ ਨਿਊਟ੍ਰੀਐਂਟਸ ਹੋਣੇ ਚਾਹੀਦੇ ਆ। ਲੇਕਿਨ ਜਦੋਂ ਆਯੁਰਵੈਦਿਕ ਕਨਸੈਪਟ ਦੀ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ 'ਚ ਰਸ, ਗੁਣ, ਵੀਰੀਆ, ਵਿਪਾਕ ਅਤੇ ਉਸ ਤੋਂ ਬਾਅਦ ਉਹਦਾ ਕੰਮ ਹੁੰਦਾ। ਤਾਂ ਜਿੰਨੀ ਵੀ ਸਾਡਾ ਭੋਜਨ ਜਿਹਨੂੰ ਅਸੀਂ ਫੂਡ ਸਟੱਫ ਕਹਿੰਦੇ ਹਾਂ, ਉਹਦੇ ਵਿੱਚ ਉਹਦੀ ਖੁਸ਼ਬੂ, ਉਹਦਾ ਰੰਗ, ਉਹਦਾ ਸਵਾਦ, ਉਹਦੇ ਨਿਊਟ੍ਰੀਐਂਟਸ, ਇਹ ਸਾਰਾ ਕੁਝ ਮਿਲ ਕੇ ਹਿਊਮਨ ਬੋਡੀ ਦੇ ਉੱਤੇ ਪ੍ਰਭਾਵ ਪੈਂਦੇ ਆ। ਸਿਰਫ ਸੋਮੈਟਿਕ ਪ੍ਰਭਾਵ ਨਹੀਂ ਪੈਂਦਾ, ਬੋਡੀ ਲਈ ਪ੍ਰਭਾਵ ਨਹੀਂ ਪੈਂਦਾ, ਬਲਕਿ ਤੁਹਾਡੇ ਮਾਇੰਡ ਦੇ ਉੱਤੇ ਵੀ ਉਹਦਾ ਪ੍ਰਭਾਵ ਪੈਂਦਾ ਆ। ਸੋ ਇਸ ਕਰਕੇ ਭੋਜਨ ਇੰਨੀ ਕੁ ਜ਼ਿਆਦਾ ਇੰਪੋਰਟੈਂਟ ਆ ਕਿ ਇਹ ਤੁਹਾਡੀ ਆਤਮਾ ਦੇ ਲਈ, ਤੁਹਾਡੇ ਮਨ ਦੇ ਲਈ, ਤੁਹਾਡੇ ਦਿਮਾਗ ਦੇ ਲਈ ਔਰ ਤੁਹਾਡੇ ਸਰੀਰ ਦੇ ਲਈ ਪ੍ਰਭਾਵ ਛੱਡਦਾ। ਸੋ ਇਸ ਕਰਕੇ ਤੁਸੀਂ ਫਿਟਨੈਸ ਪੁਆਇੰਟ ਆਫ ਵਿਊ ਦੇ ਨਾਲ ਜਿਹੜੇ ਅਸੀਂ 2 ਮੈਟਾਫਿਜ਼ੀਕਲ ਸੈਗਮੈਂਟ ਨੇ ਜਿਹਨੂੰ ਸਾਇੰਸ ਅਜੇ ਮੰਨਣ ਲਈ ਤਿਆਰ ਨਹੀਂ ਹੈ, ਜਿਹਨੂੰ ਆਤਮਾ ਅਤੇ ਮਨ ਕਹਿੰਦੇ ਆ, ਉਹ ਬਹੁਤ ਇੰਪੋਰਟੈਂਟ ਨੇ, ਬਹੁਤ ਪਾਵਰਫੁੱਲ ਹੈ। ਈਵਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇ ਗੱਲ ਕਰੋ ਤਾਂ ਉੱਥੇ ਦਿਮਾਗ ਦੀ ਗੱਲ ਨਹੀਂ ਹੈ, ਉੱਥੇ ਮਨ ਦੀ ਗੱਲ, ਜੇ ਮਨ ਜੀਤੇ ਜਗਜੀਤ ਦੀ ਗੱਲ ਹੈ। ਸੋ ਇਸ ਕਰਕੇ ਸਾਨੂੰ ਜਿਹੜੇ ਮੈਟਾਫਿਜ਼ੀਕਲ ਸੈਗਮੈਂਟਸ ਨੇ ਉਹਨਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਆ। ਔਰ ਸਾਡੀਆਂ ਖੁਸ਼ਬੂਆਂ ਨੇ ਜਿਹੜੀਆਂ, ਤੁਹਾਡਾ ਬਹੁਤ ਵਾਰੀ ਬਿਹੇਵੀਅਰਲ ਜਿਹੜੇ ਡਿਪਰੈਸ਼ਨ 'ਚ ਲੋਕ ਗਏ ਹੁੰਦੇ ਆ, ਉਹਨਾਂ ਨੂੰ ਖਾਸ ਕਿਸਮ ਦੀਆਂ ਖੁਸ਼ਬੂਆਂ ਦੇ ਕੇ ਉਹਨਾਂ ਨੂੰ ਐਲੀਵੇਟ ਕੀਤਾ ਜਾਂਦਾ, ਡਿਪਰੈਸ਼ਨ 'ਚੋਂ ਬਾਹਰ ਕੱਢਿਆ ਜਾਂਦਾ। ਸੋ ਇਸੇ ਤਰੀਕੇ ਦੇ ਨਾਲ ਬਹੁਤ ਖੂਬਸੂਰਤ ਰੰਗ, ਕਿਤੇ ਫਲ ਹੈ, ਕਿਤੇ ਫੁੱਲ ਹੈ, ਕਿਤੇ ਝੀਲਾਂ ਨੇ, ਕਿਤੇ ਨਦੀਆਂ ਨੇ, ਕਿਤੇ ਪਹਾੜ ਹੈ, ਉਹ ਦਿਖਾ ਕੇ ਤੁਹਾਨੂੰ ਅੰਦਰੋਂ ਪਲੇਅਰ ਮਿਲਦਾ ਹੈ। ਸੋ ਇਸ ਕਰਕੇ ਮੈਟਾਫਿਜ਼ੀਕਲ ਔਰ ਫਿਜ਼ੀਕਲ, ਦਿਮਾਗ ਅਤੇ ਸਾਡਾ ਸਰੀਰ, ਜਿਹੜਾ ਕਿ ਡਾਕਟਰਸ ਦਾ ਵਿਸ਼ਾ ਬਣ ਗਿਆ ਹੈ, ਬਾਕੀ ਡਾਕਟਰਸ ਦਾ ਵਿਸ਼ਾ ਨਹੀਂ ਬਣਿਆ, ਠੀਕ, ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਉਹ ਐਗਜ਼ਿਸਟੈਂਸ ਨਹੀਂ ਹੈ, ਉਹਦੀ ਐਗਜ਼ਿਸਟੈਂਸ ਹੈ, ਲੇਕਿਨ ਪ੍ਰੂਵ ਕਰਨ 'ਚ ਦਿੱਕਤ ਆਉਂਦੀ ਹੈ। ਖੁਸ਼ਬੂ, ਮੈਂ ਤੁਹਾਨੂੰ ਅਗਰ ਐਸੇ ਲਿਖਣਾ ਹੋਵੇ ਗੁਲਾਬ ਦੇ ਫੁੱਲ ਦੇ ਉੱਤੇ ਤਾਂ ਮੇਰਾ ਖਿਆਲ ਹੈ ਮੇਰੇ ਕੋਲ ਲਫ਼ਜ਼ ਨਹੀਂ ਹੈ, ਮੈਂ ਤੁਹਾਨੂੰ ਕਨਵੇ ਨਹੀਂ ਕਰ ਸਕਦਾ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹਦੀ ਖੁਸ਼ਬੂ ਨਹੀਂ ਹੈਗੀ, ਉਹਦੀ ਖੁਸ਼ਬੂ ਨੂੰ ਬਿਆਨ ਨਹੀਂ ਕਰ ਸਕਦੇ। ਇਸੇ ਤਰੀਕੇ ਦੇ ਨਾਲ ਅਸੀਂ ਆਪਣੀ ਰੂਹ ਨੂੰ, ਆਪਣੀ ਆਤਮਾ ਨੂੰ ਅਤੇ ਮਨ ਨੂੰ ਬਿਆਨ ਨਹੀਂ ਕਰ ਸਕਦੇ, ਪਰ ਉਹ ਨੌਨ ਐਗਜ਼ਿਸਟੈਂਟ ਨਹੀਂ ਹੈ। ਸੋ ਇਸ ਕਰਕੇ ਸਾਡਾ ਮਨ, ਆਤਮਾ, ਦਿਮਾਗ ਔਰ ਸਰੀਰ ਜਿਹੜਾ ਆ ਉਹ ਸਾਡੇ ਭੋਜਨ ਦੇ ਉੱਤੇ ਡਿਪੈਂਡ ਕਰਦਾ ਹੈ। ਉਹਦੇ ਵਿੱਚ ਹੀ ਅਸੀਂ ਕਹਿੰਦੇ ਹਾਂ ਕਿ ਖੁਸ਼ਬੂਆਂ ਕਿੰਨੀਆਂ, ਰਾਈਟ, ਫਿਰ ਅਸੀਂ ਕਹਿੰਦੇ ਹਾਂ ਤਸੀਰਾਂ ਕੈਸੀਆਂ ਲੈ ਰਹੇ ਹੋ, ਗਰਮ ਹੈ ਕਿ ਠੰਡਾ ਹੈ, ਕਿਉਂਕਿ ਤੁਸੀਂ -3 ਤੋਂ ਲੈ ਕੇ 47 ਡਿਗਰੀ ਤੱਕ ਭੋਗਦੇ ਹੋ ਕਲਾਈਮੇਟਿਕ ਕੰਡੀਸ਼ਨਸ ਨੂੰ, ਔਰ ਹਰ ਸਮੇਂ ਦਾ, ਹਰ ਰੁੱਤ ਦਾ ਵੱਖਰਾ ਭੋਜਨ ਹੈ, ਸਵੇਰੇ, ਦੁਪਹਿਰੇ, ਸ਼ਾਮ ਦੇ ਵੱਖਰੇ ਭੋਜਨ ਨੇ। ਇਸੇ ਤਰੀਕੇ ਦੇ ਨਾਲ ਅਤ ਗਰਮੀ ਦਾ, 45-47 ਡਿਗਰੀ ਦਾ ਔਰ ਮਾਈਨਸ ਟੈਂਪਰੇਚਰ ਦੇ ਭੋਜਨ ਦਾ ਬਹੁਤ ਫਰਕ ਹੈ। ਇੱਥੇ ਫਿਰ ਤਸੀਰਾਂ ਦੀ ਗੱਲ ਆਉਂਦੀ ਹੈ। ਬਿਲਕੁਲ, ਸੋ ਤਸੀਰਾਂ ਕੀ ਹੈ ਕੀ ਨਹੀਂ ਜੀ, ਕਿਉਂਕਿ ਤਸੀਰ ਪਤਾ ਲੱਗੇ ਕਿਸ ਚੀਜ਼ ਦਾ ਕੀ ਤਸੀਰ ਹੈ, ਕਿਉਂਕਿ ਅਜੇ ਪੱਛਮ ਨੇ ਇਹਨੂੰ ਸਮਝਿਆ ਨਹੀਂ ਤਸੀਰ ਕੀ ਹੁੰਦੀ, ਬਾਕੀ ਸਭ ਕੁਝ ਸਮਝ ਲਿਆ, ਇਹ ਨਹੀਂ ਸਮਝ ਆਈ। ਤਸੀਰ ਦਾ ਮਤਲਬ ਇਹ ਹੈ ਕਿ ਸਾਡੇ ਸਰੀਰ ਦੇ ਵਿੱਚ ਇੱਕ ਖਾਸ ਕਿਸਮ ਦਾ ਠੰਡੇ ਦਾ ਅਤੇ ਗਰਮ ਦਾ ਸੰਤੁਲਨ ਹੈ,
ਠੀਕ ਆਯੁਰਵੈਦਿਕ ਏਸ਼ੀਅੰਟ ਜਿਹੜੇ ਕਨਸੈਪਟਸ ਨੇ ਉਹਦੇ ਤਹਿਤ ਇੱਕ ਧਰਾਤਲ ਬਣਿਆ ਹੋਇਆ ਹੈ ਜਿਹਨੂੰ ਕਹਿੰਦੇ ਆ ਵਾਤ ਪਿੱਤ ਕਫ ਇਹ ਦੋਸ਼ ਨੇ ਇਹਨਾਂ ਦਾ ਸੰਤੁਲਨ ਰਹਿਣਾ ਚਾਹੀਦਾ ਠੀਕ ਚਾਈਨਾ ਦੇ ਵਿੱਚ ਤੁਸੀਂ ਏਸ਼ੀਅੰਟ ਮੈਡੀਸਨ ਦੀ ਗੱਲ ਕਰੋਗੇ ਤਾਂ ਉਹਨਾਂ ਦਾ ਇੱਕ ਧਰਾਤਲ ਬਣਿਆ ਹੋਇਆ ਯਿਨ ਐਂਡ ਯੈਂਗ ਇੰਨਾ ਠੰਡਾ ਹੋਣਾ ਚਾਹੀਦਾ ਇੰਨਾ ਗਰਮ ਹੋਣਾ ਚਾਹੀਦਾ ਇਸੇ ਤਰੀਕੇ ਦੇ ਨਾਲ ਪੁਰਾਤਨ ਸੱਭਿਅਤਾਵਾਂ ਦੇ ਵਿੱਚ ਉਹਨਾਂ ਦੇ ਆਪਣੇ ਸਿਧਾਂਤ ਨੇ ਤੁਸੀਂ ਯੂਰਪ 'ਚ ਵਿੱਚ ਚਲੇ ਜਾਓ ਤਾਂ ਡਾਕਟ੍ਰਾਈਨ ਆਫ ਸਿਗਨੇਚਰ ਸਿਗਨੇਚਰ ਮੀਨਸ ਸਿਮਿਲੈਰਿਟੀ ਸੋ ਇੱਥੇ ਇਸ ਤਰੀਕੇ ਦੇ ਨਾਲ ਦੋ ਹਿਊਮਰ ਥਿਊਰੀ ਤਿੰਨ ਹਿਊਮਰ ਥਿਊਰੀ ਚਾਰ ਹਿਊਮਰ ਥਿਊਰੀ ਪੰਜ ਹਿਊਮਰ ਥਿਊਰੀ ਦੁਨੀਆ ਦੇ ਹਰ ਖਿੱਤੇ ਵਿੱਚ ਸਰੀਰ ਦੇ ਹਿਊਮਰਸ ਦਾ ਸੰਤੁਲਨ ਦੀ ਗੱਲ ਕੀਤੀ ਹੈ ਜਿਹਦੇ ਲਈ ਕੰਟਰੀਬਿਊਸ਼ਨ ਸਿਰਫ ਤੇ ਸਿਰਫ ਤਸੀਰ ਦੀ ਹੈ ਠੀਕ ਹੈ ਵਾਈ ਦਾ ਲਫ਼ਜ਼ ਬਹੁਤ ਵਾਰੀ ਅਸੀਂ ਸੁਣਿਆ ਹੋਇਆ ਕਿਸੇ ਨੂੰ ਮਾਂ ਵਾਈ ਅਤੇ ਕਿਸੇ ਨੂੰ ਬਾਦੀ ਠੀਕ ਲੇਕਿਨ ਇਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ 90% ਸਰੀਰ ਨੂੰ ਬਿਮਾਰੀਆਂ ਲੱਗਦੀਆਂ ਆ ਉਹਦਾ ਓਰਿਜਨ ਉਹਦੀ ਉਤਪਤੀ ਵਾਈ ਚੀਜ਼ਾਂ ਤੋਂ ਆ ਬਹੁਤ ਵਾਰੀ ਅਸੀਂ ਪਰਹੇਜ਼ ਕਰਨ ਦੇ ਵਿੱਚ ਕਹਿ ਦਿੰਦੇ ਹਾਂ ਚੌਲ ਆਲੂ ਮਾਂਹ ਰਾਜਮਾਂਹ ਕੜੀ ਚਿੱਟੇ ਛੋਲੇ ਬਈਆਂ ਦਾਲਾਂ ਦੀ ਵਰਤੋਂ ਨਹੀਂ ਕਰਨੀ ਠੀਕ ਅਤੇ ਲੋਕ ਹੱਸਦੇ ਆ ਤਾਂ ਫਿਰ ਖਾਣਾ ਕੀ ਹੈ ਫਿਰ ਪੁਰਾਤਨ ਸਮਿਆਂ ਦੇ ਵਿੱਚ ਜਦੋਂ ਅਸੀਂ ਖਾਣਾ ਤਿਆਰ ਕਰਦੇ ਸੀ ਸਬਜ਼ੀ ਤਿਆਰ ਕਰਦੇ ਸੀ ਭਾਜੀ ਤਿਆਰ ਕਰਦੇ ਸੀ ਸਾਡੀ ਕੁਕਿੰਗ ਵਿਜ਼ਡਮ ਦੇ ਵਿੱਚ ਰਾਈਟ ਉਹਦੇ ਵਿੱਚ ਲਸਣ ਪਿਆਜ਼ ਅਦਰਕ ਟਮਾਟਰ ਤੋਂ ਬਿਨਾਂ ਕੋਈ ਸਬਜ਼ੀ ਬਣਦੀ ਨਹੀਂ ਸੀ ਬਿਲਕੁਲ ਇਹ ਅਗੇਨ ਤੁਸੀਂ ਜਿਹੜੀ ਗੱਲ ਕੀਤੀ ਇੱਥੇ ਵੀ ਅੱਜ ਕਿਹਾ ਜਾ ਰਿਹਾ ਜੀ ਕਈ ਥਾਵਾਂ ਦੇ ਵਿੱਚ ਈਵਨ ਧਾਰਮਿਕ ਐਂਗਲ ਤੋਂ ਵੀ ਕਈ ਵਾਰੀ ਲੋਕ ਕਹਿੰਦੇ ਜੀ ਲਸਣ ਦਾ ਉਪਯੋਗ ਨਾ ਕਰੋ ਅਤੇ ਪਿਆਜ਼ ਵੀ ਨਹੀਂ ਖਾਣਾ ਚਾਹੀਦਾ ਇਹ ਵੀ ਨਹੀਂ ਕਰਨਾ ਚਾਹੀਦਾ ਪਰ ਤਸੀਰ ਨੂੰ ਮੇਨਟੇਨ ਕਰਨ ਵਾਸਤੇ ਕਿਹੜੀ ਠੰਡੀ ਕਿਹੜੀ ਗਰਮ ਹੈ ਕਿਸ ਤਰ੍ਹਾਂ ਅਸੀਂ ਇਹਨਾਂ ਨੂੰ ਇਨਕੋਰਪੋਰੇਟ ਕਰੀਏ ਤਾਂ ਕਿ ਹਰ ਕਿਸਮ ਦੀ ਤਸੀਰ ਸਾਨੂੰ ਲੈਣੀ ਚਾਹੀਦੀ ਹੈ ਇਹਦੇ ਬਾਰੇ ਤੁਹਾਡੇ ਤੋਂ ਜਾਣਕਾਰੀ ਲੈਂਦੇ ਹਾਂ ਇਸ ਬ੍ਰੇਕ ਤੋਂ ਬਾਅਦ ਪਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ ਡਰੇਪਰੀ ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਅਸੈਸਰੀਜ਼ ਤੱਕ ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ ਕੰਟੈਕਟ ਕਰੋ ਸੰਦੀਪ ਕੌਰ 604-825-9295 ਖਾਣੇ ਦੀ ਤਸੀਰ ਦੀ ਕੀ ਮਹੱਤਤਾ ਹੈ ਇਸ ਸੰਬੰਧ ਵਿੱਚ ਸਾਨੂੰ ਦੱਸ ਰਹੇ ਸੀ ਡਾਕਟਰ ਅਰਿਦਮਨ ਸਿੰਘ ਮਹਾਲ ਬ੍ਰੇਕ ਤੋਂ ਪਹਿਲਾਂ ਆਓ ਜੁੜਦੇ ਹਾਂ ਅਤੇ ਹੋਰ ਜਾਣਕਾਰੀ ਲੈਂਦੇ ਹਾਂ ਜੀ ਡਾਕਟਰ ਸਾਹਿਬ ਤਸੀਰ ਦੀ ਬਹੁਤ ਵੱਡੀ ਅਹਿਮੀਅਤ ਹੈ ਬਹੁਤੀਆਂ ਚੀਜ਼ਾਂ ਸਾਡੇ ਕੋਲ ਭੋਜਨ ਦੇ ਵਿੱਚ ਵਾਈ ਤਸੀਰ ਦੀਆਂ ਮਿਲਦੀਆਂ ਹੈ ਵਾਈ ਦਾ ਮਤਲਬ ਹੈ ਠੰਡੀਰ ਵਾਲੀਆਂ ਵਾਈ ਦਾ ਮਤਲਬ ਹੈ ਸਾਡੀ ਸਰੀਰ ਦੇ ਵਿੱਚ ਪਾਣੀ ਅਤੇ ਹਵਾ ਇਕੱਠੀ ਕਰਨ ਵਾਲੀਆਂ ਅਗਰ ਅਸੀਂ ਉਹਦੀ ਬਹੁਤਾਤ ਉਹਦਾ ਸੇਵਨ ਕਰਾਂਗੇ ਤਾਂ ਸਾਡੇ ਸਰੀਰ ਦੇ ਵਿੱਚ ਜੇ ਫੈਟ ਜਮ੍ਹਾਂ ਹੋਈ ਹੋਈ ਆ ਅਲੱਗ ਅਦਰਵਾਈਜ਼ ਵੋਲੀਅਮ ਬਣਾਉਣ ਦੇ ਵਿੱਚ ਰਿਟੈਂਸ਼ਨ ਆਫ ਵਾਟਰ ਐਂਡ ਰਿਟੈਂਸ਼ਨ ਆਫ ਵਾਟਰ ਦੀ ਬਹੁਤ ਵੱਡੀ ਦੇਣ ਹੈ ਔਰ ਹਜ਼ਾਰਾਂ ਕਿਸਮ ਦੀਆਂ ਬਿਮਾਰੀਆਂ ਸਾਨੂੰ ਖਾਮ ਖਾ ਜਦੋਂ ਸਾਡੇ ਸਰੀਰ ਦੇ ਵਿੱਚ ਪਾਣੀ ਅਤੇ ਹਵਾ ਜਮ੍ਹਾਂ ਹੁੰਦਾ ਆ ਡਰੋਪਸਿੰਗ ਕੰਡੀਸ਼ਨ ਹੁੰਦੀ ਹੈ ਸੂਜਨ ਹੁੰਦੀ ਹੈ ਇਨਫਲੇਮੇਸ਼ਨ ਹੁੰਦੀ ਹੈ ਉਹਦੇ ਨਾਲ ਸਾਨੂੰ ਬਿਮਾਰੀਆਂ ਪੈਦਾ ਹੁੰਦੀਆਂ ਉਸ ਵੇਲੇ ਅਸੀਂ ਕੀ ਕਰਦੇ ਹਾਂ ਕਿ ਡਾਇਗਨੋਸਿਸ ਬਣਾਉਣ ਵਾਸਤੇ ਅਸੀਂ ਕਿਸੇ ਨੂੰ ਪੁੱਛਦੇ ਹਾਂ ਕਿ ਤੈਨੂੰ ਕੀ ਪ੍ਰੋਬਲਮ ਹੈ ਸੋ ਉਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਹਾਂ ਬਈ ਇਹ ਵਾਤਿਕ ਪ੍ਰੋਬਲਮ ਹੈ ਜਿਹੜੀਆਂ ਕਿ 90% ਪ੍ਰੋਬਲਮ ਹਿਊਮਨ ਬੋਡੀ ਦੀਆਂ ਵਾਈ ਤੋਂ ਨੇ ਵਾਤ 'ਚ ਨੇ ਜਿੰਨੀਆਂ ਵੀ ਦਰਦਾਂ ਨੇ ਜਿੰਨੀ ਵੀ ਸੂਜਨ ਆ ਜਿੰਨੀਆਂ ਵੀ ਡਰੋਪਸਿੰਗ ਕੰਡੀਸ਼ਨਸ ਨੇ ਜਿੰਨੇ ਵੀ ਤੁਹਾਨੂੰ ਚੱਕਰ ਆਉਂਦੇ ਨੇ ਜਿੰਨੀ ਵੀ ਤੁਹਾਨੂੰ ਘਬਰਾਹਟ ਹੁੰਦੀ ਹੈ ਇਹ ਸਾਰੀਆਂ ਦੀਆਂ ਸਾਰੀਆਂ ਵਾਈ ਦੀਆਂ ਪ੍ਰੋਬਲਮਸ ਨੇ ਓਕੇ ਸੋ ਵਾਈ ਦੇ ਫੂਡ ਨੂੰ ਆਈਡੈਂਟੀਫਾਈ ਕਰਨਾ ਬਹੁਤ ਜ਼ਰੂਰੀ ਹੈ ਔਰ ਉਹਦਾ ਹੀ ਮੈਂ ਜ਼ਿਕਰ ਕੀਤਾ ਹੈ ਕਿ ਚੌਲ ਆਲੂ ਮਾਂਹ ਰਾਜਮਾਂਹ ਕੜੀ ਛੋਲੇ ਆਦਿ ਦੀ ਵਰਤੋਂ ਸਾਨੂੰ ਰਿਸਟ੍ਰਿਕਟਿਡ ਕਰਨੀ ਚਾਹੀਦੀ ਹੈ ਜੇ ਕਰਨੀ ਹੈ ਤਾਂ ਫਿਰ ਉਹ ਹੀ ਲਸਣ ਪਿਆਜ਼ ਅਦਰਕ ਟਮਾਟਰ ਦਾ ਤੜਕਾ ਲਾਉਣਾ ਪਏਗਾ ਓਕੇ ਅੱਛਾ ਇਹਦੇ ਵਿੱਚ ਡਾਕਟਰ ਸਾਹਿਬ ਇੱਕ ਇਹ ਵੀ ਕਹਿੰਦੇ ਨੇ ਕਿ ਸਪਰਾਊਟ ਕਰ ਲਏ ਮਤਲਬ ਰਾਤ ਨੂੰ ਭਿਗੋ ਲਏ ਜਾਣ ਪਹਿਲਾਂ ਤਾਂ ਇਹਨਾਂ ਨੂੰ ਸਪਰਾਊਟ ਉਹ ਕਰਕੇ ਵੀ ਇਹ ਵਾਈ ਹੋ ਰਹਿ ਜਾਂਦੇ ਨੇ ਕਿ ਨਹੀਂ ਰਹਿੰਦੇ ਸਪਰਾਊਟ ਦਾ ਮਤਲਬ ਆ ਕਿ ਤੁਸੀਂ ਅਨਾਜ ਤੋਂ ਪਲਾਂਟ 'ਚ ਚਲੇ ਗਏ ਠੀਕ ਉਹਦਾ ਵਾਈ ਨਾਲ ਸੰਬੰਧ ਨਹੀਂ ਹੈ ਓਕੇ ਵਾਈ ਦਾ ਸੰਬੰਧ ਜਿਹੜਾ ਹੈਗਾ ਉਹ ਬੇਸਿਕ ਚੀਜ਼ਾਂ ਨੇ ਜਿਹੜੀਆਂ ਸਾਨੂੰ ਵਾਈ ਦਿੰਦੀਆਂ ਹੀ ਨੇ
ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਘਰਾਂ ਦੇ ਵਿੱਚ ਮਾਂਹ ਬਣਦੇ ਸੀ ਤਾਂ ਉਹਦੇ ਵਿੱਚ ਹਿੰਗ ਦਾ ਤੜਕਾ ਲੱਗਦਾ ਸੀ, ਹਿੰਗ ਨੂੰ ਦੇਸੀ ਘਿਓ ਦੇ ਵਿੱਚ ਫਰਾਈ ਕਰਕੇ ਉਹਨੂੰ ਵਿੱਚ ਸੁੱਟਿਆ ਜਾਂਦਾ ਸੀ ਤਾਂ ਕਿ ਉਹਦਾ ਵਾਈ ਕੰਟੈਂਟ ਨਿਊਟਰਲ ਹੋ ਜਾਵੇ। ਓਕੇ, ਇਸੇ ਤਰੀਕੇ ਦੇ ਨਾਲ ਜਦੋਂ ਕੋਈ ਵੀ ਵਾਈ ਚੀਜ਼ ਬਣਦੀ ਸੀ, ਲਸਣ, ਪਿਆਜ਼, ਅਦਰਕ, ਟਮਾਟਰ, ਚਾਰੇ ਹੀ ਚੀਜ਼ਾਂ ਗਰਮ ਨੇ, ਇਹਦਾ ਮਸਾਲਾ ਬਣਾ ਕੇ ਅਸੀਂ ਸਬਜ਼ੀ ਅੱਜ ਵੀ ਬਣਾਉਂਦੇ ਹਾਂ ਤੜਕੇ ਵਾਲੀ, ਇਹਦਾ ਮਤਲਬ ਇਹ ਹੈ ਕਿ 90% ਦੀ ਸਬਜ਼ੀਆਂ ਭਾਜੀਆਂ ਵਾਈ ਹੈ ਉਹਨੂੰ ਮਿਲਾ ਕੇ ਅਸੀਂ ਨਿਊਟਰਲ ਕਰ ਲੈਂਦੇ। ਸਿਰਫ ਕਰੇਲੇ, ਸ਼ਿਮਲਾ ਮਿਰਚ, ਬੈਂਗਣ ਔਰ ਮੇਥੀ ਮੇਥੇ, ਇਹ ਹੌਟ ਤਸੀਰ ਦੀਆਂ ਨੇ, ਇਹਨਾਂ 'ਚ ਪਾਉਣ ਦੀ ਜ਼ਰੂਰਤ ਨਹੀਂ ਹੈ। ਠੀਕ ਹੈ, ਅਸੀਂ ਬਹੁਤ ਸਾਰੇ ਲੋਕਾਂ ਨੂੰ ਜਿਨ੍ਹਾਂ ਨੂੰ ਜੋੜਾਂ ਦੀਆਂ ਪ੍ਰੋਬਲਮ ਹੈ, ਰੂਮੈਟਿਜ਼ਮ ਹੈ, ਨਿਊਰੋਮਸਕੁਲਰ ਪੇਨਸ ਨੇ, ਡਰੋਪਸਿਕ ਕੰਡੀਸ਼ਨਸ ਨੇ, ਓਬੇਸਟੀ ਹੈ, ਉਹਨੂੰ ਕਹੀਦਾ ਵਾਈ ਚੀਜ਼ਾਂ ਨਾ ਖਾਇਆ ਕਰ, ਤੂੰ ਗਰਮ ਤਸੀਰ ਦੀਆਂ ਚੀਜ਼ਾਂ ਲੈ। ਉਹਦੇ ਨਾਲ ਸਾਡੇ ਕੋਲ ਜਿਹੜੇ ਡਾਈਜੈਸਟਿਵ ਐਨਜਾਈਮਸ ਨੇ ਉਹ ਗਰਮ ਚੀਜ਼ਾਂ ਦੇ ਨਾਲ ਪ੍ਰਵੋਕ ਹੁੰਦੇ ਆ, ਐਸਿਡ ਬਣਦਾ ਅਤੇ ਹਾਜ਼ਮਾ ਦਰੁਸਤ ਹੁੰਦਾ ਹੈ। ਲੇਕਿਨ ਹਾਈਪਰ ਐਸਿਡਿਟੀ ਦੇ ਅਸੀਂ ਉਹਨਾਂ ਨੂੰ ਮਨਾ ਕਰਦੇ ਹਾਂ ਕਿ ਆਹ ਚੀਜ਼ਾਂ ਤੁਸੀਂ ਨਹੀਂ ਲੈਣੀਆਂ ਗਰਮ ਤਸੀਰ ਵਾਲੀਆਂ। ਸੋ ਇਸ ਕਰਕੇ ਜਦੋਂ ਅਸੀਂ ਰੂਮੈਟਿਜ਼ਮ ਦੀ ਗੱਲ ਕਰਨੀ ਆ, ਜਦੋਂ ਅਸੀਂ ਓਸਟੀਓਆਰਥਰਾਈਟਿਸ ਦੀ ਗੱਲ ਕਰਨੀ ਆ, ਜਦੋਂ ਅਸੀਂ ਗਾਊਟ ਦੀ ਗੱਲ ਕਰਨੀ ਆ, ਜਦੋਂ ਅਸੀਂ ਮਨੋਵਿਕਾਰਾਂ ਦੀ ਗੱਲ ਕਰਨੀ ਆ, ਮਨੋਰੋਗਾਂ ਦੀ ਗੱਲ ਕਰਨੀ ਆ, ਉਦੋਂ ਅਸੀਂ ਸਾਰਾ ਕੁਛ ਵਾਈ ਕੰਟੈਂਟ ਬੰਦ ਕਰ ਦਿੰਦੇ। ਠੀਕ ਹੈ, ਕਿ ਵਾਈ ਨਹੀਂ ਲੈਣਾ, ਤੁਸੀਂ ਗਰਮ ਤਸੀਰ ਦੀਆਂ ਚੀਜ਼ਾਂ ਲੈਣੀਆਂ। ਸੋ ਇਸ ਕਰਕੇ ਵਾਈ ਚੀਜ਼ਾਂ ਦਾ ਸਾਨੂੰ ਪਤਾ ਹੋਣਾ ਚਾਹੀਦਾ ਹੈ। ਸੋ ਜਿਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਅਲਾਮਤਾਂ ਨੇ ਜੀ, ਉਹਨਾਂ ਸਾਰਿਆਂ ਨੂੰ ਕਿ ਓਬੇਸਟੀ ਹੋ ਰਹੀ ਹੈ, ਰਿਟੈਂਸ਼ਨ ਆਫ ਵਿੰਡ ਐਂਡ ਵਾਟਰ ਹੋ ਰਹੀ ਹੈ, ਜਾਂ ਜੋੜਾਂ ਦੀਆਂ ਦਰਦਾਂ ਨੇ, ਨਿਊਰੋਮਸਕੁਲਰ ਪੇਨਸ ਨੇ, ਪੇਨ ਸਾਰੀਆਂ ਹੀ, ਚਾਹੇ ਉਹ ਨਿਊਰੋਲੋਜੀਕਲ ਨੇ, ਮੀਨਸ ਸਪਾਜ਼ਮੋਟਿਕ ਪੇਨਸ ਪੇਟ 'ਚ ਜਿੰਨੀਆਂ ਹੋ ਰਹੀਆਂ ਨੇ, ਉਸ ਤੋਂ ਬਾਅਦ ਓਸਟੀਓ ਆਰਥਰੋਲੋਜੀਕਲ ਪੇਨਸ। ਸੋ ਪੇਨਸ ਕਿਸੇ ਵੀ ਕਿਸਮ ਦੀਆਂ, ਉਹਦੇ 'ਚ ਅਸੀਂ ਵਾਈ ਚੀਜ਼ਾਂ ਨੂੰ ਬੰਦ ਕਰਕੇ ਗਰਮ ਚੀਜ਼ਾਂ ਦਿੰਦੇ ਹਾਂ। ਅਤੇ ਬਹੁਤ ਵਾਰੀ ਤਾਂ ਅਸੀਂ, ਮੈਂ ਇੱਥੇ ਵੀ ਔਰ ਸਾਰੀ ਦੁਨੀਆ ਦੇ ਵਿੱਚ ਹੀ 30 ਕਟੂ ਦੁਨੀਆ ਨੂੰ ਇੰਨਾ ਕੁ ਖਵਾਤਾ ਹੈ, ਕਾਲੀ ਮਿਰਚ, ਮੱਘਾਂ ਅਤੇ ਸੁੰਡ, ਤਿੰਨੇ ਚੀਜ਼ਾਂ ਗਰਮ ਹੁੰਦੀਆਂ ਅਤੇ ਖੁਸ਼ਕ ਹੁੰਦੀਆਂ, ਜਿਹੜੀਆਂ ਸਾਡੇ ਸਰੀਰ ਦੇ ਵਿੱਚੋਂ 1000 ਬਿਮਾਰੀ ਨੂੰ ਆਈਡੈਂਟੀਫਾਈਡ ਅਤੇ ਅਨਆਈਡੈਂਟੀਫਾਈਡ ਕੱਢ ਕੇ ਬਾਹਰ ਮਾਰਦੀ। ਸੋ ਜਿਹਨਾਂ ਲੋਕਾਂ ਨੂੰ ਦਰਦਾਂ ਹੈਗੀਆਂ ਨੇ ਜੋੜਾਂ ਦੀਆਂ ਜਾਂ ਹੋਰ, ਉਹਨਾਂ ਨੂੰ ਤੁਸੀਂ ਕਹਿ ਦਿਓਗੇ ਲੈਣਾ ਚਾਹੀਦਾ ਹੈ ਕਾਲੀ ਮਿਰਚ, ਮੱਘਾਂ ਅਤੇ ਸੁੰਡ ਜੀ, ਤਿੰਨ ਚੀਜ਼ਾਂ ਕੌੜੀਆਂ ਹੋ ਗਈਆਂ, 30 ਕਟੂ, 30-30 ਗ੍ਰਾਮ ਤਿੰਨੇ ਲੈ ਲਓ, ਫਾਈਨ ਪਾਊਡਰ ਬਣਾ ਕੇ 90 ਗ੍ਰਾਮ ਪਾਊਡਰ ਬਣ ਗਿਆ। 90 ਗ੍ਰਾਮ ਹੀ ਮੁਨੱਕਾ ਲੈਣਾ, ਮੁਨੱਕਾ ਜਿਹੜਾ ਆ ਉਹ ਸੀਡ ਕੱਢ ਦੇਣਾ, ਮਤਲਬ ਉਹਦੇ 'ਚ, ਮੁਨੱਕੇ ਨੂੰ ਮੇਵਾ ਨਹੀਂ ਕਹਿੰਦੇ, ਮੁਨੱਕੇ ਨੂੰ ਸੌਗੀ ਨਹੀਂ ਕਹਿੰਦੇ, ਮੁਨੱਕਾ ਮੁਨੱਕਾ ਹੁੰਦਾ, ਉਹਦੇ 'ਚ ਸੀਡ ਹੁੰਦਾ ਜਿਹਨੂੰ ਬਲੈਕ ਰੇਜ਼ਨ ਕਹਿੰਦੇ ਆ, ਉਹਦੇ ਸੀਡ ਕੱਟ ਕੇ ਉਹਦੇ ਨਾਲ ਮੈਸ਼ਨ ਮਿਕਸ ਕਰਕੇ ਮਟਰਾਂ ਦੇ ਦਾਣੇ ਜਿੰਨੀਆਂ ਗੋਲੀਆਂ ਬਣਾ ਕੇ 2 ਸਵੇਰੇ 2 ਦੁਪਹਿਰੇ 2 ਸ਼ਾਮੀ ਲਓ, ਜਿੰਨੀ ਵਾਤਕ ਪ੍ਰੋਬਲਮਸ ਨੇ ਉਹ ਨਿਕਲ ਜਾਣਗੀਆਂ ਸਰ। ਤੁਸੀਂ ਆਪਣੇ ਆਪ ਨੂੰ, ਅਸੀਂ ਦੁਨੀਆ ਭਰ ਦੇ ਵਿਟਾਮਿਨਸ ਖਾ ਖਾ ਕੇ ਫਿਰ ਡਾਕਟਰ ਕਹਿੰਦੇ ਸਰਪਲਸ ਹੋਏ ਨੇ, ਡਰੇਨ ਆਊਟ ਹੋ ਜਾਣੇ ਆ, ਐਵੇਂ ਹੀ ਖਾਈ ਜਾਂਦੇ ਹਾਂ ਖਾ ਮਖਾ। ਮਸਲਾ ਸਾਡਾ ਵਾਈ ਦਾ, ਖਾਂਦੇ ਅਸੀਂ ਵਿਟਾਮਿਨ, ਜੇ ਤਾਂ ਡੈਫੀਸ਼ੀਐਂਸੀ ਦੱਸ ਰਹੇ ਹੋ ਤੁਸੀਂ ਫਿਰ ਤਾਂ ਪੂਰੀ ਕਰ ਲਓ, ਰਾਈਟ। ਜੇ ਉਹ ਡੈਫੀਸ਼ੀਐਂਸੀ ਹੈ ਹੀ ਨਹੀਂ, ਅਸੀਂ ਖਾ ਮਖਾਈ ਵਿਟਾਮਿਨ ਖਾਈ ਜਾਂਦੇ ਹਾਂ, ਉੱਥੇ ਦੋਸ਼ ਹੈ ਤੁਹਾਡੇ ਹਿਊਮਰਸ ਦਾ, ਵਾਈ ਕੰਟੈਂਟ ਤੁਹਾਡੇ 'ਚ ਵਧਿਆ ਹੋਇਆ, ਗਰਮ ਚੀਜ਼ਾਂ ਲਓਗੇ ਵਾਈ ਬਾਹਰ, ਤੁਸੀਂ ਤੰਦਰੁਸਤ। ਸੋ ਇਸ ਕਰਕੇ ਸਾਨੂੰ ਇਹ ਜਿਹੜੇ 3 ਹਿਊਮਰਸ ਨੇ, ਵਾਤ, ਪਿੱਤ ਅਤੇ ਕਫ ਜੀ, ਜਾਂ ਚਾਈਨਾ ਦੇ ਮੁਤਾਬਕ ਯਿਨ ਐਂਡ ਯੈਂਗ, ਉਹਦੇ ਮੁਤਾਬਕ ਸਾਨੂੰ ਆਪਣਾ ਆਹਾਰ, ਆਪਣਾ ਰੋਟੀ ਉਹਦੇ ਮੁਤਾਬਕ ਬਦਲ ਲੈਣੀ ਚਾਹੀਦੀ ਹੈ। ਰੋਟੀ ਖਾਣ ਦੇ ਸਿਧਾਂਤ ਅਸੀਂ ਪਹਿਲਾਂ ਹੀ ਤੁਹਾਡੇ ਨਾਲ ਡਿਸਕਸ ਕੀਤੇ ਹੈ, ਅਤੇ ਅੱਧੀਆਂ ਬਿਮਾਰੀਆਂ ਤਾਂ ਇੱਥੇ ਚਲੀਆਂ ਗਈਆਂ, ਅਸੀਂ ਪ੍ਰੀਵੈਂਟਿਵ 'ਤੇ ਜ਼ੋਰ ਦੇ ਰਹੇ ਹਾਂ, ਲੈਟ ਅਸ ਨਾਟ ਫਾਲ ਸਿਕ, ਆਓ ਬਿਮਾਰੀ ਨਾ ਹੋਈਏ। ਐਬਸੋਲੂਟਲੀ। ਸੋ ਪਹੁੰਚ ਜਾਈਏ ਦੁਬਾਰਾ ਜੀ, ਸਵੇਰੇ ਉੱਠੇ ਹਾਂ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਗਰਮ ਪਾਣੀ ਲੈ ਕੇ ਤੁਸੀਂ ਵਿੱਚ ਨਿੰਬੂ ਪਾ ਸਕਦੇ ਹੋ, ਵਿੱਚ ਸ਼ਹਿਦ ਪਾ ਲਿਆ, ਉਹ ਪੀ ਲਿਆ, ਲੇਕਿਨ ਉਸ ਤੋਂ ਬਾਅਦ ਜਦੋਂ ਬ੍ਰੇਕਫਾਸਟ ਖਾਣਾ ਹੈ, ਮੇਰਾ ਸਵਾਲ ਸੀ ਕਿ ਜ਼ਿਆਦਾਤਰ ਅਸੀਂ ਪਰੌਂਠਿਆਂ ਦੇ ਉੱਤੇ ਜਾਂ ਤਲੀਆਂ ਚੀਜ਼ਾਂ ਉੱਤੇ ਹੀ ਜ਼ਿਆਦਾ ਜ਼ੋਰ ਦਿੰਦੇ ਹਾਂ, ਉਹਦੇ 'ਚ ਕਿਵੇਂ ਕੀ ਪਰਿਵਰਤਨ ਲਿਆਉਣ ਦੀ ਲੋੜ ਹੈ, ਸਵੇਰੇ ਕੀ ਲਾਈਟ ਖਾਣਾ ਚਾਹੀਦਾ ਜਾਂ ਹੈਵੀ ਖਾਣਾ ਚਾਹੀਦਾ, ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ, ਇਹ ਬਾਰੇ ਜਾਣਕਾਰੀ ਲੈਂਦੇ ਹਾਂ ਇਸ ਬ੍ਰੇਕ ਤੋਂ ਬਾਅਦ ਜੀ। ਅੱਜ ਕੱਲ੍ਹ ਦੀ ਮਾਰਕੀਟ ਵਿੱਚ ਆਪਣੇ ਘਰ ਨੂੰ ਛੇਤੀ ਵੇਚਣ ਦੀ ਸੋਚ ਰਹੇ ਹੋ ਤਾਂ ਫਿਰ ਸਟੇਜਿੰਗ ਜ਼ਰੂਰ ਕਰਾ ਲਓ। ਖਾਲੀ ਘਰ ਅਨਇਨਵਾਈਟਿੰਗ ਅਤੇ ਕੋਲਡ ਲੱਗਦਾ ਹੈ, ਜਦਕਿ ਸਟੇਜ ਕੀਤਾ ਹੋਇਆ ਘਰ ਵਾਰਮਥ, ਕਲਰ ਅਤੇ ਖਾਲੀ ਜਗ੍ਹਾ ਨੂੰ ਵਧੀਆ ਬਣਾ ਦਿੰਦਾ ਹੈ। ਆਪਣੇ ਘਰ ਨੂੰ ਸੇਲ 'ਤੇ ਲਾਉਣ ਤੋਂ ਪਹਿਲਾਂ ਇੱਕ ਵਾਰ ਐਨ ਐਲੀਗੈਂਟ ਟੱਚ ਹੋਮ ਸਟੇਜਿੰਗ ਅਤੇ ਡਿਜ਼ਾਈਨ ਦੀ ਰੀਟਾ ਚੌਹਾਨ ਨਾਲ ਗੱਲ ਜ਼ਰੂਰ ਕਰ ਲਓ, ਤਾਂ ਕਿ ਉਹ ਆਪਣੇ ਸਕਿੱਲਸ ਅਤੇ ਐਕਸਪੀਰੀਅੰਸ ਨਾਲ ਤੁਹਾਡੇ ਘਰ ਨੂੰ ਟੌਪ ਡਾਲਰਸ ਵਿੱਚ ਵੇਚਣ ਵਿੱਚ ਤੁਹਾਡੀ ਮਦਦ ਕਰ ਸਕਣ। ਕਾਲ 6046576612 ਜਾਂ ਫਿਰ ਇਹਨਾਂ ਦੀ ਵੈਬਸਾਈਟ ਐਨ ਐਲੀਗੈਂਟ ਟੱਚ.ca 'ਤੇ ਜਾਓ।
ਕਿੰਨੀ ਬੇਸਿਕ ਇਨਫੋਰਮੇਸ਼ਨ ਜਿਹੜੀ ਡਾਕਟਰ ਸਾਹਿਬ ਸਾਡੇ ਨਾਲ ਸ਼ੇਅਰ ਕਰ ਰਹੇ ਨੇ, ਜਿਹਨੂੰ ਅਸੀਂ ਅਪਣਾ ਲਈ ਆਪਣੇ ਜੀਵਨ ਵਿੱਚ ਤਾਂ ਐਟਲੀਸਟ ਸਾਈਡ ਇਫੈਕਟਸ ਤੋਂ ਤਾਂ ਅਸੀਂ ਬਚਾਂਗੇ, ਅਤੇ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਯਕੀਨਨ ਤੌਰ ਦੇ ਉੱਤੇ ਕਈ ਜਿਨ੍ਹਾਂ ਦੀ ਬਿਮਾਰੀਆਂ ਬਾਰੇ ਪਤਾ ਅਤੇ ਜਿਨ੍ਹਾਂ ਬਾਰੇ ਨਹੀਂ ਪਤਾ, ਇਹ ਬਿਲਕੁਲ ਸਾਡੇ ਸਰੀਰ ਨੂੰ ਨਹੀਂ ਚਿੰਬੜਨਗੀਆਂ। ਸੋ ਆਓ ਇਹ ਜੋ ਅਸੀਂ ਯਤਨ ਕਰ ਰਹੇ ਹਾਂ ਸੀਰੀਜ਼ ਦੇ ਵਿੱਚ ਡਾਕਟਰ ਸਾਹਿਬ ਦੀ ਵਿਜ਼ਡਮ ਤੋਂ ਜਾਣਕਾਰੀ ਲੈਣ ਦੀ, ਉਸ ਵਿੱਚ ਮੁੜ ਤੋਂ ਤੁਹਾਨੂੰ ਜੋੜਦੇ ਹਾਂ ਅਤੇ ਸਵੇਰੇ ਬ੍ਰੇਕਫਾਸਟ ਦੇ ਟਾਈਮ ਕਿਹੜੀ ਚੀਜ਼ਾਂ ਦਾ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਉਸ ਬਾਰੇ ਜਾਣਕਾਰੀ ਲੈਣੇ। ਜੀ ਡਾਕਟਰ ਸਾਹਿਬ, ਇਹ ਸਬਜੈਕਟਿਵ ਆ, ਹਰ ਬੰਦੇ ਦੀ ਕੈਮਿਸਟਰੀ ਬਾਇਓਕੈਮਿਸਟਰੀ ਦੂਸਰੇ ਨਾਲੋਂ ਵੱਖਰੀ ਹੈ। ਰਾਈਟ, ਹੁਣ ਅਸੀਂ ਇਹ ਵੇਖਣਾ ਹੈ ਕਿ ਕਿਹੜੇ ਦੋਸ਼ਾਂ ਤੋਂ ਅਸੀਂ ਪ੍ਰਭਾਵਿਤ ਹਾਂ। ਵਾਤ, ਪਿੱਤ, ਕਫ ਦੀ ਅਸੀਂ ਗੱਲ ਕੀਤੀ ਹੈ, ਦੋਸ਼ ਕੀ ਸਾਨੂੰ ਕਿਸ ਚੀਜ਼ ਦੀ ਸਾਡੇ 'ਚ ਫੀਲਿੰਗ ਆ ਰਹੀ ਹੈ ਕਿ ਸਾਨੂੰ ਚੱਕਰ ਜ਼ਿਆਦਾ ਆਉਂਦੇ ਆ, ਸਾਡੇ ਜੋੜਾਂ ਦੀਆਂ ਦਰਦਾਂ ਰਹਿੰਦੀਆਂ, ਸਰੀਰ ਫਿਕਸ ਰਹਿੰਦਾ ਹੈ, ਇਹਦਾ ਮਤਲਬ ਇਹ ਆ ਕਿ ਵਾਈ ਚੀਜ਼ਾਂ ਨੂੰ ਮਾਈਨਸ ਕਰ ਦੇਣਾ। ਠੀਕ, ਤੋ ਵਾਈ ਚੀਜ਼ਾਂ ਦੇ ਵਿੱਚ ਦੁੱਧ ਜਦੋਂ ਪੀਣਾ ਹੈ ਉਹਦੇ ਵਿੱਚ 2 ਕਛੁਆਰੇ ਅਤੇ 5 ਕੁ ਮਨੱਕੇ ਉਬਾਲ ਕੇ ਪੀ ਲਓ। ਖਾਸ ਕਰਕੇ ਬਜ਼ੁਰਗਾਂ ਦੀਆਂ ਇਹ ਪ੍ਰੋਬਲਮਸ ਰਹਿੰਦੀਆਂ, ਅਤੇ ਤੁਸੀਂ 3 ਦਿਨਾਂ ਬਾਅਦ ਕਹੋਗੇ ਕਿ ਤੁਹਾਨੂੰ ਕਿਸੇ ਵਾਈਟਾਮਿਨ ਦੀ ਜ਼ਰੂਰਤ ਨਹੀਂ ਹੈ। ਵਾਈਟਾਮਿਨ ਉਦੋਂ ਖਾਓ ਜਦੋਂ ਡੈਫੀਸ਼ੀਐਂਸੀ ਹੈ, ਤੁਹਾਡੇ ਕੋਲ ਓਬਜ਼ਰਵੇਸ਼ਨਸ ਆ ਗਈਆਂ ਹੈ, ਉਸ ਵੇਲੇ ਲਓ। ਖਾਮ ਖਾ ਲੈਣ ਦੀ ਜ਼ਰੂਰਤ ਨਹੀਂ ਹੈ, ਮੀਨਸ ਠੰਡੀਰ ਤੁਹਾਡੇ ਅੰਦਰ ਹੈ, ਵਾਈ ਤੁਹਾਡੇ ਅੰਦਰ ਹੈ, ਤੁਹਾਨੂੰ ਨਿਊਰੋਮਸਕੂਲਰ ਪੇਨਸ ਹੋ ਰਹੀਆਂ, ਨਾਟ ਬਿਕਾਜ਼ ਆਫ ਡੈਫੀਸ਼ੀਐਂਸੀ, ਬਿਕਾਜ਼ ਆਫ ਵਾਈ। ਸੋ ਇਸੇ ਤਰੀਕੇ ਦੇ ਨਾਲ ਜਿਨ੍ਹਾਂ ਦੇ ਲਿਵਰ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਜੀ, ਭੁੱਖ ਘੱਟ ਲੱਗਦੀ ਹੈ, ਫੈਟੀ ਲਿਵਰ ਹੈ, ਉੱਥੇ ਅਸੀਂ ਇਹ ਕਹਿਣਾ ਹੈ ਕਿ ਤੁਸੀਂ ਗਰਮ ਤਸੀਰ ਦੀਆਂ ਚੀਜ਼ਾਂ ਨਹੀਂ ਲੈਣੀਆਂ। ਉਹ 10% ਲੋਕ ਨੇ ਜਿਨ੍ਹਾਂ ਨੂੰ ਅਸੀਂ ਗਰਮ ਤਸੀਰ ਦੀਆਂ ਚੀਜ਼ਾਂ ਬੰਦ ਕਰਦੇ ਹਾਂ, 90% ਨੂੰ ਨਹੀਂ ਕਰਦੇ। ਸੋ ਇਸ ਕਰਕੇ ਜਿੱਥੇ ਕਿਤੇ ਲਿਵਰ ਦੇ ਨਾਲ ਸੰਬੰਧਿਤ ਪ੍ਰੋਬਲਮਸ ਨੇ, ਚਾਹੇ ਉਹ ਕੋਈ ਵਾਇਰਲ ਡਿਜ਼ੀਜ਼ ਹੈਗੀ ਆ, ਚਾਹੇ ਉਹ ਫੈਟੀ ਲਿਵਰ ਹੈ, ਚਾਹੇ ਉਹ ਟੌਕਸਿਕ ਲਿਵਰ ਹੈ, ਜਦੋਂ ਹੱਥਾਂ ਅਤੇ ਪੈਰਾਂ 'ਚੋਂ ਸੇਕ ਨਿਕਲਦਾ, ਜਦੋਂ ਪਿਸ਼ਾਬ ਦਾ ਰੰਗ ਪੀਲਾ ਹੋ ਜਾਂਦਾ, ਉਸ ਵੇਲੇ ਮੰਨ ਲਓ ਕਿ ਲਿਵਰ ਤੁਹਾਡਾ ਕਰਾਈ ਕਰ ਰਿਹਾ। ਉਹਨਾਂ ਮਰੀਜ਼ਾਂ ਨੂੰ ਅਸੀਂ ਲਸਣ, ਪਿਆਜ਼, ਅਦਰਕ, ਟਮਾਟਰ ਨਹੀਂ ਦੇਣਾ। ਉਹਨਾਂ ਲੋਕਾਂ ਨੂੰ ਅਸੀਂ ਕਰੇਲਾ, ਸ਼ਿਮਲਾ ਮਿਰਚ, ਬੈਂਗਣ, ਮੇਥੀ, ਮੇਥੇ ਨਹੀਂ ਦੇਣੇ, ਬਾਕੀ ਸਾਰੇ ਪਾਸੇ ਅਸੀਂ ਦੇਣੇ ਆ। ਸੋ ਇਹ ਥੋੜ੍ਹੀ ਜਿਹੀ ਵੇਰੀਏਸ਼ਨ ਹੈ ਕਿ ਕਿਹਦਾ ਸਰੀਰ ਕੀ ਹੈ। ਸੋ ਇਹਨੂੰ ਅਸੀਂ ਇਹ ਕਹਿ ਦਈਏ ਕਿ ਬ੍ਰੇਕਫਾਸਟ 'ਚ ਆਹ ਲੈਣਾ ਚਾਹੀਦਾ ਅਤੇ ਆਹ ਨਹੀਂ ਲੈਣਾ ਚਾਹੀਦਾ, ਉਹ ਤੁਹਾਡੀ ਕੈਮਿਸਟਰੀ ਹੋਰ ਹੈ, ਮੇਰੀ ਹੋਰ ਹੈ, ਤੁਹਾਨੂੰ ਕੁਛ ਹੋਰ ਸੂਟ ਕਰਦਾ, ਮੈਨੂੰ ਕੁਛ ਹੋਰ ਸੂਟ ਕਰਦਾ। ਸੋ ਪਹਿਲਾਂ ਤੁਸੀਂ ਕਿਹਾ ਕਿ ਡਿਟਰਮਿਨ ਕਰਨ ਵਾਸਤੇ ਕਿ ਕੀ ਲੈਣਾ ਕੀ ਲੈਣਾ, ਤਸੀਰ ਜੋ ਹੈਗੀ, ਤਸੀਰ ਨੂੰ ਸਮਝਣਾ ਪਏਗਾ ਕਿ ਇਹਦੀ ਬਾਡੀ ਦੀ ਤਸੀਰ ਕੈਸੀ ਹੈ। ਠੀਕ ਹੈ, ਉਹ 2-4-5 ਗੱਲਾਂ ਤੋਂ ਸਮਝ ਆ ਜਾਂਦੀ ਹੈ ਕਿ ਜੇ ਤਾਂ ਤੁਹਾਡੇ ਅੰਦਰ ਨਿਊਰੋਮਸਕੂਲਰ ਪੇਨਸ ਰਹਿੰਦੀਆਂ ਆ, ਲਥਾਰਜੀ ਰਹਿੰਦੇ ਹੋ, ਹੱਥ ਪੈਰ ਠੰਡੇ ਰਹਿੰਦੇ ਆ, ਕੰਮ ਕਰਨ ਨੂੰ ਦਿਲ ਨਹੀਂ ਕਰਦਾ, ਦਲਿੱਦਰ ਪਿਆ ਰਹਿੰਦਾ, ਮੀਨਸ ਵਾਈ ਵਾਈ ਵਾਈ, ਅਤੇ ਜੇ ਹੱਥਾਂ ਪੈਰਾਂ 'ਚੋਂ ਸੇਕ ਨਿਕਲਦਾ ਆ, ਚਿਹਰੇ 'ਚ ਸੇਕ ਨਿਕਲਦਾ, ਅੱਖਾਂ ਲਾਲ ਰਹਿੰਦੀਆਂ, ਉਸ ਵੇਲੇ ਸਮਝੋ ਕਿ ਇੱਥੇ ਹੌਟ ਜਾ ਰਿਹਾ ਆ, ਯੈਂਗ ਹੈ, ਯੈਂਗ ਦਾ ਪ੍ਰਭਾਵ ਹੈ। ਉੱਥੇ ਅਸੀਂ ਗਰਮ ਚੀਜ਼ਾਂ ਬੰਦ ਕਰਕੇ ਉੱਥੇ ਅਸੀਂ ਠੰਡੀਆਂ ਚੀਜ਼ਾਂ ਦਿੰਦੇ ਹਾਂ ਜੀ ਜੀ। ਓਕੇ, ਸੋ ਇਹ ਤਸੀਰ ਦਾ ਪਤਾ ਕਰ ਲਿਆ, ਲੇਕਿਨ ਉਸਦੇ ਨਾਲ ਫਿਰ ਮੇਰਾ ਉਹੀ ਸਵਾਲ ਕਿ ਸਵੇਰੇ ਉੱਠਦੇ ਸਾਰ ਹਰ ਬੰਦੇ ਦੀ ਤਸੀਰ ਤਾਂ ਵੱਖਰੀ ਹੈਗੀ ਹੈ, ਲੇਕਿਨ ਨੋਰਮਲ ਡੇਲੀ ਰੂਟੀਨ ਦੇ ਵਿੱਚ, ਜਿਸ ਤਰ੍ਹਾਂ ਕਈ ਲੋਕ ਕਹਿੰਦੇ ਜੀ ਸਵੇਰੇ ਉੱਠਦੇ ਸਾਰ ਰਾਤ ਨੂੰ ਬਦਾਮ ਭਿਗੋ ਦਿਉ, ਸਵੇਰੇ ਖਾਓ ਅਖਰੋਟ, ਇਸ ਤਰ੍ਹਾਂ ਦੀ ਚੀਜ਼ਾਂ, ਉਸ ਤੋਂ ਬਾਅਦ ਜਿਹੜਾ ਤੁਸੀਂ ਬ੍ਰੇਕਫਾਸਟ ਕਰਨਾ ਉਹ ਲਾਈਟ ਖਾਓ, ਕਈ ਕਹਿੰਦੇ ਨੇ ਹੈਵੀ ਖਾਓ, ਉਹਦੇ ਮਤਲਬ ਸਾਨੂੰ ਥੋੜ੍ਹਾ ਦੱਸੋ। ਹਰ ਬੰਦੇ ਦੀ ਫਿਜ਼ੀਕਲ ਐਕਟੀਵਿਟੀ ਦੂਸਰੇ ਨਾਲੋਂ ਵੱਖਰੀ ਹੈ, ਬਿਲਕੁਲ, ਲੇਕਿਨ ਸਿਸਟੈਮਿਕ ਫੰਕਸ਼ਨਿੰਗ ਜਿਹੜੀ ਹੈ, ਸਾਡਾ ਸਰੀਰ ਆਪਣੇ ਆਪ ਨੂੰ ਆਪੇ ਚਲਾ ਰਿਹਾ ਹੈ, ਇਲੈਕਟ੍ਰੋਮੈਗਨੈਟਿਕ ਬਾਇਓਲੋਜੀਕਲ ਐਂਟੀਟੀ ਹੈ, ਆਪਣੇ ਆਪ ਨੂੰ ਸੈਲਫ ਇਗਨੀਸ਼ਨ ਆਪਣਾ ਹੀ ਹੈ ਜੀ। ਸੋ ਇਹਨੂੰ ਕੀ ਚਾਹੀਦਾ ਕੀ ਨਹੀਂ ਚਾਹੀਦਾ, ਉਹ ਇਹ ਸਰੀਰ ਆਪਣੇ ਆਪ ਦੱਸਦਾ ਆ, ਲੇਕਿਨ ਅਸੀਂ ਇਗਨੋਰ ਕਰ ਦਿੰਦੇ ਹਾਂ। ਹੁਣ ਤੁਹਾਡਾ ਸਵਾਲ ਸੀਗਾ ਕਿ ਅਸੀਂ ਬ੍ਰੇਕਫਾਸਟ ਦੇ ਵਿੱਚ ਕੀ ਲਈਏ, ਲੰਚ 'ਚ ਕੀ ਲਈਏ, ਡਿਨਰ 'ਚ ਕੀ ਲਈਏ। ਬ੍ਰੇਕਫਾਸਟ ਦੇ ਵਿੱਚ ਇਸ ਵੇਲੇ ਜਿਹੜੀ ਸਾਨੂੰ ਮੁਸ਼ਕਲ ਆ ਰਹੀ ਹੈ ਉਹ ਹੈਗੀ ਆ ਇਰੀਟੇਬਲ ਬਾਲ ਸਿੰਡਰੋਮ ਦੀ, ਪੇਟ ਸਾਫ਼ ਨਹੀਂ ਹੁੰਦਾ। ਅਸੀਂ ਫਾਈਬਰ ਜਿਹੜਾ ਆ ਜੂਸ ਕੱਢ ਕੇ ਪੀ ਲੈਂਦੇ ਹਾਂ, ਜਿਹੜਾ ਕੰਮ ਦੀ ਗੱਲ ਆ ਫਾਈਬਰ ਹੈ ਅਸੀਂ ਸੁੱਟ ਦਿੰਦੇ ਹਾਂ। ਸੋ ਕੋਸ਼ਿਸ਼ ਇਹ ਕਰੋ ਕਿ ਹੋਲ ਫੂਡ ਹੋਣਾ ਚਾਹੀਦਾ ਹੈ। ਮੇਰੇ ਕਹਿਣ ਦੇ ਮੁਤਾਬਕ ਸਵੇਰੇ ਉੱਠ ਕੇ ਜੇ ਤੁਸੀਂ ਓਟਸ ਦਾ ਦਲੀਆ ਲੈਂਦੇ ਹੋ, ਨਾਲ ਥੋੜ੍ਹਾ ਜਿਹਾ ਫਰੂਟ ਲੈਂਦੇ ਹੋ, ਇੱਕ ਅੱਧੀ ਮਲਟੀਗ੍ਰੇਨ ਬ੍ਰੈਡ ਦਾ ਟੋਸਟ ਲੈ ਲੈਂਦੇ ਹੋ, ਅਤੇ ਇਟ ਇਜ਼ ਅਨਫ ਬ੍ਰੇਕਫਾਸਟ। ਜੇ ਤੁਸੀਂ ਬ੍ਰੇਕਫਾਸਟ ਲੰਚ ਅਤੇ ਡਿਨਰ ਕਰਦੇ ਹੋ, ਕਈਆਂ ਦਾ ਹੁੰਦਾ ਹੈ ਕਿ ਹੁਣ ਖਾ ਲੈਣਾ ਮੁੜ ਕੇ ਫਿਰ ਸ਼ਾਮ ਨੂੰ ਜਾ ਕੇ ਖਾਣਾ ਆ, ਉਹਨਾਂ ਨੂੰ ਫਿਰ ਥੋੜ੍ਹਾ ਜਿਹਾ ਬਿਗਰ ਮੀਲ ਲੈਣਾ ਪਏਗਾ ਅਤੇ ਥੋੜ੍ਹਾ ਜਿਹਾ ਫੈਟੀ ਮੀਲ ਲੈਣਾ ਪਏਗਾ, ਪਰ ਉਹ ਵੀ
ਬਾਡੀ ਨੂੰ ਸਮਝਦੇ ਹੋਇਆਂ ਕਿ ਕੀ ਇਹਨੂੰ ਫੈਟ ਲੈਣੀ ਚਾਹੀਦੀ ਹੈ ਕਿ ਨਹੀਂ ਲੈਣੀ ਚਾਹੀਦੀ। ਸੋ ਜਿਹੜਾ ਓਟ ਮੀਲ ਹੈ, ਇੱਕ ਤਾਂ ਗਲੂਟਨ ਫਰੀ ਆ, ਕਣਕ ਦੀ ਇਸ ਵੇਲੇ ਬੜੀ ਮੁਸ਼ਕਲ ਆ ਰਹੀ ਹੈ ਸਾਡੇ ਕੋਲ, ਗਲੂਟਨ ਦਾ ਬੜਾ ਵੱਡਾ ਮਸਲਾ ਇੱਥੇ ਚੱਲਿਆ ਹੋਇਆ, ਇੰਡੀਆ 'ਚ ਘੱਟ ਹੈ ਕਿਉਂਕਿ ਸਾਡੇ ਥੋੜ੍ਹਾ ਜਿਹਾ ਡਾਕਟਰ ਗਲੂਟਨ ਦਾ ਜ਼ਰਾ ਜ਼ਿਆਦਾ ਹੀ ਹੈ, ਪ੍ਰੋਬਲਮ ਹੋਰ ਹੁੰਦੀ ਹੈ, ਕਹਿੰਦੇ ਗਲੂਟਨ ਛੱਡ ਪਹਿਲਾਂ ਸਾਰਿਆਂ। ਸੋ ਇਹਦੇ ਲਈ ਓਟਸ ਮੀਲ ਇਜ਼ ਮਸਟ, ਉਹਦੀ ਖੀਰ ਬਣਾ ਕੇ ਤੁਸੀਂ ਲੈ ਸਕਦੇ ਹੋ, ਬਹੁਤ ਵਧੀਆ ਫੂਡ ਹੈ। ਜਦੋਂ ਫਲ ਖਾਣੇ ਆ ਫਿਰ ਪੰਜ ਕਿਸਮ ਦੇ ਹੋਣੇ ਚਾਹੀਦੇ, ਇੱਕ ਇੱਕ ਪੀਸ ਖਾਓ, ਦੋ ਦੋ ਪੀਸ ਖਾਓ, ਲੇਕਿਨ ਪੰਜ ਕਿਸਮ ਦੇ ਫਲ ਜ਼ਰੂਰ ਖਾਓ। ਔਰ ਜਦੋਂ ਤੁਸੀਂ ਲੰਚ ਕਰਦੇ ਹੋ, ਇੱਕ ਸਿਧਾਂਤ ਬਣਾ ਲੈਣਾ ਚਾਹੀਦਾ ਕਿ ਖਾਣਾ ਜੇ ਤੁਸੀਂ ਚਾਰ ਫੁਲਕੇ ਖਾਣ ਦੇ ਆਦੀ ਹੋ ਤਾਂ ਮੈਂ ਕਹਾਂਗਾ ਦੋ 'ਤੇ ਆ ਜਾਓ, ਅੱਜ ਤੋਂ ਹੀ ਆ ਜਾਓ। ਇੱਕ ਫੁਲਕੇ ਦਾ ਸੈਲਡ ਅਤੇ ਇੱਕ ਫੁਲਕੇ ਦਾ ਫਰੂਟ, ਉਹਦੇ ਸੈਂਡਵਿਚ ਹੋਣਾ ਚਾਹੀਦਾ ਤੁਹਾਡਾ। ਪਹਿਲਾਂ ਤੁਸੀਂ ਸੈਲਡਸ ਲੈ ਲਏ, ਫਿਰ ਤੁਸੀਂ ਚਾਰ ਫੁਲਕਿਆਂ ਦੀ ਬਜਾਏ ਦੋ ਫੁਲਕੇ ਲਏ, ਉੱਤੇ ਫਰੂਟ ਪਾਇਆ, ਇਹ ਮਸਟ ਕਰੋ। ਇਹਦੇ ਨਾਲ ਸਾਨੂੰ ਕਾਰਬੋਹਾਈਡਰੇਟਸ ਖਾ ਮਖਾ ਜਿਹੜੇ ਅਸੀਂ ਸੁੱਟੀ ਜਾਂਦੇ ਹਾਂ ਕਿਸੇ ਲੈਵਲ 'ਤੇ ਜਾ ਕੇ, ਉਹ ਵੀ ਕਨਵਰਟ ਹੋ ਜਾਂਦੇ ਆ, ਉਹਦੀ ਸਾਨੂੰ ਜ਼ਰੂਰਤ ਨਹੀਂ, ਸਾਨੂੰ ਫਾਈਬਰ ਦੀ ਜ਼ਰੂਰਤ ਹੈ। ਸੋ ਸੈਲਡਸ ਅਤੇ ਫਰੂਟ ਨੇ ਜਿਹੜੇ ਉਹ ਜਦੋਂ ਸਭ ਰਸ ਦੇਣਗੇ, ਸਭ ਰੰਗ ਦੇਣਗੇ, ਨਿਊਟ੍ਰੀਸ਼ੀਅਸਲੀ ਤੁਹਾਡੇ ਕੋਲ ਵਾਈਡਰ 'ਚ ਅਵੇਲੇਬਿਲਿਟੀ ਹੋਊਗੀ ਅਤੇ ਉਹ ਇੱਕ ਪਰਫੈਕਟ ਹੈ। ਲੇਕਿਨ ਪਾਣੀ ਇਨ ਬਿਟਵੀਨ ਨਹੀਂ ਪੀਣਾ, ਪਾਣੀ 40 ਮਿੰਟ ਬਾਅਦ, ਪੌਣੇ ਘੰਟੇ ਬਾਅਦ ਪੀਣਾ ਚਾਹੀਦਾ। ਸੋ ਬੇਸਿਕ ਪ੍ਰਿੰਸੀਪਲ ਜਿਹੜੇ ਨੇ, 5 ਘੰਟੇ ਦਾ ਵਕਫਾ, 40 ਮਿੰਟਾਂ ਤੋਂ ਬਾਅਦ ਪੀਣਾ ਜਾਂ ਪਹਿਲਾਂ ਪੀਣਾ, ਹਾਂਜੀ, ਬਲਕਿ ਪਹਿਲਾਂ ਤੁਸੀਂ ਕਿਹਾ ਸੀ ਪੀ ਲਓ ਬੈਟਰ, ਤਾਂ ਕਿ ਤੁਹਾਡਾ ਪੇਟ ਜਿਹੜਾ ਉਹ ਜ਼ਿਆਦਾ ਨਹੀਂ ਮੰਗਦਾ, ਜ਼ਿਆਦਾ ਨਹੀਂ ਮੰਗਦਾ, ਕਿਉਂਕਿ ਅਸੀਂ ਅੱਜ ਕੱਲ੍ਹ ਓਵਰ ਈਟ ਕਰਕੇ ਨਾ ਓਵਰ ਵੇਟ ਹੋ ਰਹੇ। ਐਬਸੋਲਿਊਟਲੀ ਜੀ, ਰਾਈਟ। ਇਸ ਐਪੀਸੋਡ ਨੂੰ ਜੀ ਅਸੀਂ ਡਿਸਕਸ਼ਨ ਨੂੰ ਅਸੀਂ ਅਗਲੇ ਹਫ਼ਤੇ ਕੰਟੀਨਿਊ ਰੱਖਾਂਗੇ। ਤੁਹਾਡਾ ਬਹੁਤ ਧੰਨਵਾਦ ਇੱਥੇ ਆ ਕੇ ਸਾਡੇ ਦਰਸ਼ਕਾਂ ਨਾਲ ਸਾਂਝ ਪਾ ਰਹੇ ਹੋ। ਤਾਂ ਬੇਸਿਕਲੀ ਕਿਸ ਤਰੀਕੇ ਨਾਲ ਅਸੀਂ ਆਪਣੇ ਸਿਹਤ ਦੇ ਆਪ ਕਮਾਂਡਰ ਬਣਨਾ ਹੈ, ਇਸ ਬਾਰੇ ਅਗਲੇ ਹਫ਼ਤੇ ਮੁੜ ਤੋਂ ਚਰਚਾ ਕਰਦੇ ਹਾਂ ਜੀ। ਥੈਂਕ ਯੂ।